ਸ਼੍ਰੀਕਾਲ ਜੀ, ਮੇਰਾ ਨਾਮ ਹਰਮਨ ਗਿੱਲ ਹੈ ਜੀ, ਅਤੇ ਅਸੀਂ ਆਪਣਾ ਸਾਈਂ ਪਿੰਡ ਜੋਨ ਰੇਲਵੇ ਰੋਡ ਸਰਹੰਦ ਤੋਂ ਹਾਂ ਜੀ, ਅਤੇ ਆਪਣਾ ਜਿਹੜਾ ਕਲਕੱਤੇ ਰੇਪ ਕੇਸ ਹੋਇਆ ਅਤੇ ਬਹੁਤ ਜ਼ਿਆਦਾ ਮੰਦਭਾਗੀ ਖਬਰ ਆ ਇਹ, ਸਾਨੂੰ ਇਹ ਲੱਗਦਾ ਵੀ ਇਹ ਇਨਸਾਫ ਮਿਲਿਆ ਨਹੀਂ ਹਜੇ ਕੁੜੀ ਨੂੰ, ਉਹ ਵੀ ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਅਤੇ ਅਸੀਂ ਬਸ ਕੇਂਦਰ ਦੀ ਸਰਕਾਰ ਤੋਂ, ਬੰਗਾਲ ਦੀ ਤੋਂ ਆਹੀ ਕਰਦੇ ਹਾਂ ਅਤੇ ਜੋੜ ਕੇ ਬੇਨਤੀ ਕਰਦੇ ਵੀ ਉਹਨੂੰ ਇਨਸਾਫ ਦਿਓ ਅਤੇ ਉਹਦੀ ਆਤਮਾ ਨੂੰ ਸ਼ਾਂਤੀ ਦਿਓ, ਬਸ ਸਾਡੀ ਆਹੀ ਮੰਗ ਆ ਜੀ। ਅੱਜ ਕੀ ਕੀਤਾ? ਅੱਜ ਅਸੀਂ ਕੈਂਡਲ ਮਾਰਚ ਕੱਢਿਆ ਉਹਦੀ ਆਤਮਾ ਦੀ ਸ਼ਾਂਤੀ ਲਈ। ਕਿੱਥੋਂ ਦੀ ਕਿੱਥੇ ਤੱਕ ਕੱਢਿਆ ਕੈਂਡਲ ਮਾਰਚ? ਆਪਣਾ ਰੇਲਵੇ ਸਟੇਸ਼ਨ ਤੋਂ, ਸਟੇਸ਼ਨ ਤੋਂ ਲੈ ਕੇ GT ਰੋਡ ਤੱਕ ਕੈਂਡਲ ਮਾਰਚ ਕੱਢਿਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨ ਗਿੱਲ ਹੈ ਜੀ, ਅਤੇ ਅਸੀਂ ਆਪਣਾ ਸਾਈਂ ਪਿੰਡ ਜੋਨ ਰੇਲਵੇ ਰੋਡ ਸਰਹੰਦ ਤੋਂ ਹਾਂ ਜੀ, ਅਤੇ ਆਪਣਾ ਜਿਹੜਾ ਕਲਕੱਤੇ ਰੇਪ ਕੇਸ ਹੋਇਆ ਅਤੇ ਬਹੁਤ ਜ਼ਿਆਦਾ ਮੰਦਭਾਗੀ ਖਬਰ ਆ ਇਹ, ਸਾਨੂੰ ਇਹ ਲੱਗਦਾ ਵੀ ਇਹ ਇਨਸਾਫ ਮਿਲਿਆ ਨਹੀਂ ਹਜੇ ਕੁੜੀ ਨੂੰ, ਉਹ ਵੀ ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਅਤੇ ਅਸੀਂ ਬਸ ਕੇਂਦਰ ਦੀ ਸਰਕਾਰ ਤੋਂ, ਬੰਗਾਲ ਦੀ ਤੋਂ ਆਹੀ ਕਰਦੇ ਹਾਂ ਅਤੇ ਜੋੜ ਕੇ ਬੇਨਤੀ ਕਰਦੇ ਵੀ ਉਹਨੂੰ ਇਨਸਾਫ ਦਿਓ ਅਤੇ ਉਹਦੀ ਆਤਮਾ ਨੂੰ ਸ਼ਾਂਤੀ ਦਿਓ, ਬਸ ਸਾਡੀ ਆਹੀ ਮੰਗ ਆ ਜੀ। ਅੱਜ ਕੀ ਕੀਤਾ? ਅੱਜ ਅਸੀਂ ਕੈਂਡਲ ਮਾਰਚ ਕੱਢਿਆ ਉਹਦੀ ਆਤਮਾ ਦੀ ਸ਼ਾਂਤੀ ਲਈ। ਕਿੱਥੋਂ ਦੀ ਕਿੱਥੇ ਤੱਕ ਕੱਢਿਆ ਕੈਂਡਲ ਮਾਰਚ? ਆਪਣਾ ਰੇਲਵੇ ਸਟੇਸ਼ਨ ਤੋਂ, ਸਟੇਸ਼ਨ ਤੋਂ ਲੈ ਕੇ GT ਰੋਡ ਤੱਕ ਕੈਂਡਲ ਮਾਰਚ ਕੱਢਿਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨ ਗਿੱਲ ਹੈ ਜੀ, ਅਤੇ ਅਸੀਂ ਆਪਣਾ ਸਾਈਂ ਪਿੰਡ ਜੋਨ ਰੇਲਵੇ ਰੋਡ ਸਰਹੰਦ ਤੋਂ ਹਾਂ ਜੀ, ਅਤੇ ਆਪਣਾ ਜਿਹੜਾ ਕਲਕੱਤੇ ਰੇਪ ਕੇਸ ਹੋਇਆ ਅਤੇ ਬਹੁਤ ਜ਼ਿਆਦਾ ਮੰਦਭਾਗੀ ਖਬਰ ਆ ਇਹ, ਸਾਨੂੰ ਇਹ ਲੱਗਦਾ ਵੀ ਇਹ ਇਨਸਾਫ ਮਿਲਿਆ ਨਹੀਂ ਹਜੇ ਕੁੜੀ ਨੂੰ, ਉਹ ਵੀ ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਅਤੇ ਅਸੀਂ ਬਸ ਕੇਂਦਰ ਦੀ ਸਰਕਾਰ ਤੋਂ, ਬੰਗਾਲ ਦੀ ਤੋਂ ਆਹੀ ਕਰਦੇ ਹਾਂ ਅਤੇ ਜੋੜ ਕੇ ਬੇਨਤੀ ਕਰਦੇ ਵੀ ਉਹਨੂੰ ਇਨਸਾਫ ਦਿਓ ਅਤੇ ਉਹਦੀ ਆਤਮਾ ਨੂੰ ਸ਼ਾਂਤੀ ਦਿਓ, ਬਸ ਸਾਡੀ ਆਹੀ ਮੰਗ ਆ ਜੀ। ਅੱਜ ਕੀ ਕੀਤਾ? ਅੱਜ ਅਸੀਂ ਕੈਂਡਲ ਮਾਰਚ ਕੱਢਿਆ ਉਹਦੀ ਆਤਮਾ ਦੀ ਸ਼ਾਂਤੀ ਲਈ। ਕਿੱਥੋਂ ਦੀ ਕਿੱਥੇ ਤੱਕ ਕੱਢਿਆ ਕੈਂਡਲ ਮਾਰਚ? ਆਪਣਾ ਰੇਲਵੇ ਸਟੇਸ਼ਨ ਤੋਂ, ਸਟੇਸ਼ਨ ਤੋਂ ਲੈ ਕੇ GT ਰੋਡ ਤੱਕ ਕੈਂਡਲ ਮਾਰਚ ਕੱਢਿਆ।